ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਨਰਿੰਦਰ ਨਨੂ ਅਤੇ ਅੱਜ ਅਸੀਂ ਆਏ ਹਾਂ ਅੰਮ੍ਰਿਤਸਰ ਦੇ ਵਿੱਚ, ਜਿੱਥੇ ਕਿ ਇੱਕ ਸਾਡੇ ਦੋਸਤ ਨੇ ਰਵਿੰਦਰ ਸਿੰਘ ਰੋਬਨ, ਜਿਹਨੂੰ ਕਿਸੇ ਮੇਰੇ ਖਿਆਲ ਨਾਲ ਸਾਰੇ ਮੀਡੀਆ ਵਾਲੇ ਉਹਨਾਂ ਨੂੰ ਜਾਣਦੇ ਨੇ ਅਤੇ ਇੱਕ ਬੜੀ ਵਧੀਆ ਹਸਤੀ ਇਹ ਨੇ ਅਤੇ ਉਹਨਾਂ ਨੇ ਜਰਨਲਿਜ਼ਮ ਦੇ ਬਹੁਤ ਪੁਰਾਣਾ ਬਹੁਤ ਕੰਮ ਕੀਤਾ ਹੈ ਅਤੇ ਅੱਜ ਉਹਨਾਂ ਕੋਲ ਵਰਲਡ ਫੋਟੋਗ੍ਰਾਫੀ ਡੇ ਦੇ ਉੱਤੇ ਉਹਨਾਂ ਕੋਲ ਬਹੁਤ ਜ਼ਿਆਦਾ ਕੈਮਰਿਆਂ ਦੀ ਕਲੈਕਸ਼ਨ ਹੈ। ਕੋਸ਼ਿਸ਼ ਕਰਾਂਗੇ ਇੱਕ ਅੱਧਾ ਕੈਮਰਾ ਵੀ ਚੋਰੀ ਕਰਨ ਦੀ, ਕਿਉਂਕਿ ਉਹਨਾਂ ਕੋਲ ਜਿਹੜੇ ਘੱਟੋ ਘੱਟ ਨਹੀਂ ਤਾਂ 50 ਤੋਂ ਲੈ ਕੇ 60-70 ਕੈਮਰੇ ਨੇ ਅਤੇ ਉਹ ਜਿਹੜੇ ਕੈਮਰੇ ਉਹਨਾਂ ਨੇ ਰੱਖੇ ਹੈ ਨਾ, ਉਹ ਬੜੀ ਪੁਰਾਣੀ ਟੈਕਨੋਲੋਜੀ ਅਤੇ ਨਵੀਂ ਟੈਕਨੋਲੋਜੀ। ਅਤੇ ਆਓ ਤੁਹਾਨੂੰ ਲੈ ਕੇ ਚੱਲਦੇ ਉਹਨਾਂ ਨੂੰ ਮਿਲਾਉਣ ਲਈ, ਤਾਂ ਕਿ ਤੁਹਾਨੂੰ ਵਿਖਾਈਏ ਵੀ ਕੈਮਰੇ ਦੀ ਸਾਰੀ ਔਨ ਵਰਲਡ ਫੋਟੋਗ੍ਰਾਫੀ ਡੇ ਦੇ ਉੱਤੇ। ਆਓ ਨਨੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਬਿਲਕੁਲ 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 ਸਰ, ਬਿਲਕੁਲ ਸਰ, ਆਓ ਜੀ। ਬੜਾ ਮਜ਼ਾ ਆਇਆ ਜੀ ਤੁਹਾਨੂੰ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਜੀ ਫੋਟੋਗ੍ਰਾਫੀ। ਸਭ ਤੋਂ ਪਹਿਲੇ ਤੁਹਾਨੂੰ ਜੀ ਵਰਲਡ ਫੋਟੋਗ੍ਰਾਫੀ ਡੇ ਦੇ ਉੱਤੇ, ਇਸ ਤਰ੍ਹਾਂ ਹੀ ਇੱਕ ਆਪਾਂ ਖੜੇ ਹੋ ਕੇ ਵਰਲਡ ਫੋਟੋਗ੍ਰਾਫੀ ਡੇ ਦੇ ਉੱਤੇ ਕੈਮਰੇਜ਼ ਦੇ ਨਾਲ ਇੱਕ ਫੋਟੋ ਫੋਟੋ ਕਰਾ ਲਈ ਫੋਟੋ। ਹਾਂਜੀ, ਯੈਸ, ਖਰੀਦੀ ਉਹ ਆਉਣੀ ਚਾਹੀਦੀ ਜੀ, ਬਿਲਕੁਲ ਜੀ। ਅੱਛਾ, ਪਲੀਜ਼ ਬੈਠੀਏ ਜੀ ਅਸੀਂ, ਕਿਉਂਕਿ ਅਸੀਂ ਆਪਣੇ ਸਾਰੇ ਜਿੰਨੇ ਵੀ ਸਾਡੇ ਦੋਸਤ ਨੇ ਉਹਨਾਂ ਨੂੰ ਤੁਹਾਨੂੰ ਨਿਊ ਪੁਰਾਣੀ ਟੈਕਨੋਲੋਜੀ ਅਤੇ ਨਵੀਂ ਟੈਕਨੋਲੋਜੀ ਦੋਨੋਂ ਬਾਰੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਸਭ ਤੋਂ ਪਹਿਲੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਇਹ ਦੱਸੋ ਵੀ ਤੁਹਾਡੇ ਕੋਲ ਸਭ ਤੋਂ ਪੁਰਾਣਾ ਕੈਮਰਾ ਕਿਹੜਾ ਪਿਆ ਹੈ? ਨਨੂ ਜੀ, ਤੁਹਾਡੇ ਕੋਲੋਂ ਕੁਛ ਲੁਕਾਉਣ ਵਾਲੀ ਗੱਲਾਂ ਨਹੀਂ ਹੈ। ਪੁਰਾਣਾ ਕੈਮਰਾ ਵੀ ਤੁਸੀਂ ਜਾਣਦੇ ਹੋ ਕਿਹੜਾ, ਔਰ ਹਾਲਾਂਕਿ ਇਹ ਮੇਰਾ ਖਿਆਲ ਹੈ ਜਦੋਂ ਆਇਆ ਸੀ ਉਸ ਤੋਂ ਕੁਛ ਸਾਲ ਬਾਅਦ ਲਿੱਤਾ ਗਿਆ। ਮੈਂ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰ ਦਿੰਦਾ ਦੋਸਤੋ, ਇਹ ਜਿਹੜਾ ਕੈਮਰਾ ਹੈਗਾ ਇਹ ਹੈਗਾ 120 ਕੈਮਰਾ। ਇਹਦੇ ਵਿੱਚ ਨੈਗਟਿਵ ਪੈਂਦੇ ਸੀ, 12 ਨੈਗਟਿਵ ਪੈਂਦੇ ਸੀ ਜਿਹਦੇ ਵਿੱਚ ਬਲੈਕ ਐਂਡ ਵਾਈਟ ਜਿਹੜੀ ਪਿਕਚਰਸ ਦੇ ਵਿੱਚ ਕਲਿੱਕ ਕੀਤੀ ਜਾਂਦੀ ਸੀ। ਸਭ ਤੋਂ ਪਹਿਲਾ ਕੈਮਰਾ ਇਹ ਹੈ ਜੀ। ਇਸ ਤੋਂ ਪਹਿਲੇ ਵੀ ਕੈਮਰਾ ਇੱਕ ਜਰਮਨ ਦਾ ਸੀ, ਉਹਦੇ ਉੱਤੇ ਲੱਕੜੀ ਦੇ ਉੱਤੇ ਸਟੈਂਡ ਦੇ ਉੱਤੇ, ਉਹ ਉਸ ਤੋਂ ਪਹਿਲੇ ਦਾ ਕੈਮਰਾ। ਆਈ ਥਿੰਕ ਇਹ ਸੈਕਿੰਡ ਕੈਮਰਾ ਹੈ ਜਿਹਦੇ ਕਿ ਤੁਹਾਨੂੰ ਦੱਸਣਾ ਚਾਹੁੰਦੇ ਹਾਂ। ਇਹ 120 ਦਾ ਕੈਮਰਾ ਬੜਾ ਪੁਰਾਣਾ ਇਹਨਾਂ ਨੇ ਸੰਭਾਲ ਕੇ ਰੱਖਿਆ, ਇਹ ਵੀ ਬਹੁਤ ਲੋਕਾਂ ਕੋਲ ਘੱਟ ਹੈਗਾ। ਉਸ ਤੋਂ ਬਾਅਦ ਇੱਕ ਫਿਲਮ ਵਾਲਾ ਕੈਮਰਾ ਆਇਆ ਸੀ, ਫਿਲਮ ਵਾਲੇ ਬਹੁਤ ਸਾਰੇ ਨੇ। ਹਾਂ, ਫਿਲਮ ਵਾਲਾ ਕੈਮਰਾ ਦਿਖਾ ਦਿਓ ਜੀ ਪਲੀਜ਼ ਤੁਸੀਂ। ਹਾਂਜੀ, ਇਹ ਪੈਂਟੈਕਸ ਦਾ ਕੈਮਰਾ ਫਿਲਮ ਵਾਲਾ ਜਿਹੜਾ ਕਿ ਤੁਹਾਨੂੰ ਦਿਖਾ ਰਹੇ, ਇਹਨਾਂ ਨੇ ਆਪਣੀ ਕਲੈਕਸ਼ਨ ਬੜੀ ਪਿਆਰੀ ਪਿਆਰੀ ਸੰਭਾਲ ਕੇ ਰੱਖੀ ਹੋਈ ਹੈ। ਅਤੇ ਹਾਂ, ਇਹ ਜਿਹੜਾ ਕੈਮਰਾ ਇਹਦੇ ਵਿੱਚ 36 ਜਿਹਨੂੰ ਕਹਿੰਦੇ ਨੈਗਟਿਵਸ, ਇੱਕ ਫਿਲਮ ਪੈਂਦੀ ਸੀ ਜਿਹਦੇ ਵਿੱਚ 36 ਨੈਗਟਿਵਸ ਨਿਕਲਦੇ ਸੀ, ਫਿਰ ਉਹਦੇ ਉੱਤੋਂ ਨੈਗਟਿਵ ਤੋਂ ਇਹਨੂੰ ਪ੍ਰਿੰਟ ਆਊਟ ਕਰਾਇਆ ਜਾਂਦਾ ਸੀ ਜਿਹੜੀਆਂ ਫੋਟੋਗ੍ਰਾਫਸ ਨੇ। ਅਤੇ ਇਸ ਤੋਂ ਬਾਅਦ ਇੱਕ ਪੋਲਰਾਈਡ ਕੈਮਰਾ ਆਇਆ, ਉਹ ਦਿਖਾਓ ਜੀ ਪਲੀਜ਼। ਨਾ ਜੀ, ਇਹਦੇ ਇਸਦੇ ਵੀ ਦਰਮਿਆਨ, ਹਾਂਜੀ ਹਾਂਜੀ, ਨੈਗਟਿਵ ਤੋਂ ਬਾਅਦ, ਨੈਗਟਿਵ ਤੋਂ ਬਾਅਦ, ਨੈਗਟਿਵ ਵੇਲੇ ਵੀ ਨਾ ਪਏ ਉਹ ਜਿਹੜੇ ਪਲਾਸਟਿਕ ਬਾਡੀਜ਼ ਵੀ ਆਉਣੀਆਂ। ਹਾਂਜੀ 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 ਦੋਸਤੋ, ਇਹਦੇ ਵਿੱਚ ਤਾਂ ਝਟਪਟ ਫੋਟੋ ਵਾਲਾ ਪ੍ਰੋਗਰਾਮ। ਬਿਲਕੁਲ ਜੀ, ਬਿਲਕੁਲ ਜੀ, ਇਹ ਪੋਲਰਾਈਡ ਕੈਮਰਾ ਸੀ। ਜੇ ਕਿਸੇ ਨੂੰ ਉਸੇ ਵੇਲੇ ਪਿਕਚਰ ਚਾਹੀਦੀ ਸੀ, ਇਹਦੇ ਵਿੱਚ 7 ਪੋਲਰਾਈਡ ਪੈਂਦੀਆਂ ਸੀ, ਇਹਨੂੰ ਇਸ ਤਰ੍ਹਾਂ ਖਿੱਚ ਕੇ ਬਾਹਰ ਕੱਢ ਕੇ ਅਤੇ ਉਸੇ ਵੇਲੇ ਸੁਕਾ ਕੇ ਉਸੇ ਵੇਲੇ ਉਹਨੂੰ ਕਲਰ ਫੋਟੋਗ੍ਰਾਫ ਦਿੱਤੀ ਜਾਂਦੀ। ਲੇਕਿਨ ਉਹ ਵੱਡੀ ਨਹੀਂ ਹੋ ਸਕਦੀ, ਵੱਡੀ ਨਹੀਂ ਹੋ ਸਕਦੀ, ਉਹ ਪਾਸਪੋਰਟ ਸਾਈਜ਼ ਕਿਸੇ ਨੂੰ ਚਾਹੀਦੀ, ਉਹਦੇ ਵਾਸਤੇ ਯੂਜ਼ ਹੁੰਦੀ। ਉਹਦੇ ਵਿੱਚ ਅੱਜ ਕੱਲ੍ਹ ਵੀ ਪੋਲਰਾਈਡ ਹੈਗੀਆਂ ਨਿੱਕੀਆਂ ਜਿਹੀਆਂ ਫੋਟੋ। ਬਿਲਕੁਲ ਜੀ, ਬਿਲਕੁਲ। ਲੇਕਿਨ ਉਹ ਹੁਣ ਤੇ ਲੇਕਿਨ ਤੁਸੀਂ ਵੇਖੋ ਉਸ ਵੇਲੇ ਉਦੋਂ ਵੀ ਲੈਂਸਿਸ ਔਰ ਬਲੈਕ ਐਂਡ ਵਾਈਟ ਫਿਲਮ ਦਾ ਬਿਲਕੁਲ ਜੀ ਬੜਾ ਰਿਵਾਜ਼ ਹੁੰਦਾ ਸੀਗਾ। ਅਤੇ ਹੁਣ ਜਿਹੜੀ ਦੋਸਤੋ ਹੁਣ ਟੈਕਨੋਲੋਜੀ ਜਿਹੜੀ ਇਸ ਤੋਂ ਬਾਅਦ ਚੇਂਜ ਹੋ ਕੇ ਆ ਗਈ ਡਿਜੀਟਲ ਦੇ ਉੱਤੇ, ਅਤੇ ਡਿਜੀਟਲ ਦੇ ਵਿੱਚ ਇਹ ਕੈਮਰਾ ਜਿਹੜਾ ਲੇਟੈਸਟ ਜਿਹੜਾ ਕੈਮਰਾ ਤੁਹਾਨੂੰ ਦਿਖਾਇਆ ਜਾ ਰਿਹਾ, ਇਹਦਾ ਹੈਗਾ ਕੈਮਰਾ 5D ਕੈਨਨ ਦਾ ਕੈਮਰਾ ਹੈ। ਠੀਕ ਹੈ ਜੀ, ਇਹ ਵੀ ਰੋਬਿਨ ਜੀ ਉਹਨਾਂ ਨੇ ਆਪਣੇ ਕੋਲ ਰੱਖਿਆ ਹੋਇਆ। ਠੀਕ ਹੈ ਜੀ, ਇਹ ਟੈਕਨੋਲੋਜੀ ਜਿਹੜੀ ਹੈ ਲੇਟੈਸਟ ਆ ਗਈ। ਇਸ ਤੋਂ ਬਾਅਦ ਮਿਰਰਲੈਸ ਵੀ ਆ ਗਿਆ। ਹਾਂਜੀ, ਉਸ ਤੋਂ ਬਾਅਦ ਮਿਰਰਲੈਸ ਆ ਗਿਆ, ਬਟ ਲੋਕਾਂ ਨੇ ਜ਼ਿਆਦਾ ਹੁਣ ਇਹ ਜਿਹੜੇ ਲੋਕ ਯੂਜ਼ ਕਰ ਹੀ ਰਹੇ ਨੇ। ਉਸ ਤੋਂ ਬਾਅਦ ਕੀ ਟੈਕਨੋਲੋਜੀ ਤੁਹਾਡੇ ਕੋਲ ਲੇਟੈਸਟ ਜਿਹੜੀ ਉਹ ਤੁਸੀਂ ਸਮਝ? ਮੈਨੂੰ ਜੀ ਇਹ ਫੋਟੋਗ੍ਰਾਫੀ ਵਿੱਚ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਖਾਸ ਤੌਰ 'ਤੇ ਜਿਹੜੀ ਜਰਨਲਿਜ਼ਮ ਵਿੱਚ ਇਨਵੋਲਵ ਹੋਈਆਂ, ਉਹਦੇ ਵਿੱਚ ਗਿੰਬਲ ਆਉਣੇ ਸ਼ੁਰੂ ਹੋਏ, DJI ਗਿੰਬਲ ਇਸ ਤੋਂ ਦਾ ਆਇਆ। ਇਹ ਮੈਂ ਦਿਖਾਵਾਂ ਜਰਾ ਪਲੀਜ਼। ਇਹ ਦੇਖੋ ਜੀ, ਇਹ ਗਿੰਬਲ ਹੈ ਜੀ ਜਿਹੜਾ ਕਿ ਨਵੀਂ ਟੈਕਨੋਲੋਜੀ ਹੈ ਜਿਹੜੀ ਇਹ ਤੁਹਾਨੂੰ ਦਿਖਾਈ ਜਾ ਰਹੀ ਹੈ ਫੋਰ ਦ ਵਰਲਡ ਫੋਟੋਗ੍ਰਾਫੀ ਡੇ ਦੇ ਉੱਤੇ। ਉਹ ਅੱਗੋਂ ਇਹਦੇ ਵਿੱਚ ਵੀ ਫਰਦਰ, ਹਾਲਾਂਕਿ ਬਹੁਤ ਡਿਟੇਲ 'ਚ ਗੱਲ ਕਰ ਸਕਦੇ ਹਾਂ ਅਸੀਂ ਬਹੁਤ ਸਾਰੀ ਚੀਜ਼ਾਂ 'ਚ, ਇਹਦਾ ਇੱਕ ਛੋਟਾ ਰੂਪ ਆਇਆ ਜਿਹੜਾ ਤੁਸੀਂ ਪੋਕਿਟ ਸਾਈਜ਼ DJI ਗਿੰਬਲ ਯੂਜ਼ ਕਰ ਸਕਦੇ ਹੋ। ਔਰ ਹਾਂ, ਇਹਨਾਂ ਦੀ ਕੁਛ ਕਮੀਆਂ ਜ਼ਰੂਰ ਹੈ, ਇਹ ਇਹਨਾਂ ਕੈਮਰਿਆਂ ਦੇ ਮੁਤਾਬਕ ਕੰਮ ਨਹੀਂ ਕਰ ਪਾਉਣਗੇ, ਲੋਅ ਲਾਈਟ ਵਾਲਾ ਇਸ਼ੂ। ਇਹ ਗਿੰਬਲ ਹੈ ਜੀ, ਮੈਂ ਆਪਣੇ ਦੋਸਤਾਂ ਨੂੰ ਦਿਖਾਉਣਾ ਚਾਹੁੰਦਾ, ਗਿੰਬਲ ਕੈਮਰਾ ਹੈ, ਚੋਰੀ ਕਰ ਲਈ ਹੈ, ਵਧੀਆ ਹੈਗਾ, ਜੇਬ 'ਚ ਵੀ ਪੈ ਜਾਂਦਾ, ਜੇਬ 'ਚ ਵੀ ਪੈ ਜਾਂਦਾ ਹੈ ਜੀ, ਆਪ ਕਹਿ ਰਹੇ ਨੇ। ਅੱਛਾ, ਇਹਦਾ ਕਿੱਦਾਂ ਯੂਜ਼ ਹੁੰਦਾ ਪਲੀਜ਼ ਜਰਾ ਦੱਸਿਓ। ਇਹਦੇ ਵਿੱਚ ਸਿਰਫ ਸੌਖਾ ਕੰਮ ਇਹ ਹੈ, ਇਹਨੂੰ ਔਨ ਕਰਨਾ ਅਤੇ ਬਸ, ਉਸ ਤੋਂ ਬਾਅਦ ਤੁਸੀਂ ਮੋਬਾਈਲ 'ਤੇ ਵੇਖੀ ਜਾਣਾ ਅਤੇ ਮੋਬਾਈਲ 'ਤੇ ਇਹਨੂੰ ਓਪਰੇਟ ਕਰਨਾ।
ਇੱਕ ਤੁਹਾਨੂੰ ਮੈਂ ਇਹ ਜਿਹੜੀ ਚੀਜ਼ ਹੈਗੀ ਇਹ ਕੀ ਹੈ ਜੀ, ਇਹ ਥੋੜ੍ਹਾ ਜਿਹਾ ਇਹਦੇ ਬਾਰੇ ਵੀ ਦੱਸੋ ਨਾਨੂ ਜੀ। ਇਹ ਮੈਂ ਜਿਵੇਂ ਤੁਸੀਂ ਆਪਣਾ ਪਲਾਨ ਕਰਕੇ ਬੈਠੇ ਸੀ ਨਾ ਚੋਰੀ ਦਾ, ਹਾਂਜੀ ਜੀ, ਮੈਂ ਇੱਕ ਚੋਰੀ ਆਲਰੇਡੀ ਕਰਦਾ ਪਿਆ। ਅੱਛਾ, ਇਹਦੇ ਵਿੱਚ ਇਹ 360° ਕੈਮਰਾ, ਕਿਆ ਬਾਤ, ਔਰ ਇਹ ਜਿਹੜੀ ਲਾਈਟ ਬਲਿੰਕ ਹੋ ਰਹੀ ਹੈ ਨਾ, ਮੈਂ ਤੁਹਾਡੇ ਕੋਲ ਲੁਕੋ ਕੇ ਰੱਖੀ ਸੀ ਇਹ ਵਾਲੀ। ਅੱਛਾ, ਇਹ ਤੁਸੀਂ ਰਿਕਾਰਡਿੰਗ ਲਾਈ ਹੋਈ ਹੈ? ਰਿਕਾਰਡਿੰਗ ਲਾਈ ਹੋਈ ਹੈ। ਓ ਮਾਈ ਗੋਡ, ਮਤਲਬ ਤੁਹਾਡੇ ਸਮਾਨ ਕੋਈ ਚੋਰੀ ਨਾ ਕਰ ਸਕੇ, ਬੜੇ ਤੇਜ਼ ਹੋ ਤੁਸੀਂ। ਔਰ ਇਸ ਵੇਲੇ ਰਿਕਾਰਡਿੰਗ ਹੋ ਰਹੀ ਹੈ, ਇਹਦੇ ਵਿੱਚ ਮਜ਼ੇਦਾਰ ਗੱਲ ਇਹ ਹੈ ਜਿਹੜੀ ਅੱਜ ਕੱਲ੍ਹ ਮੋਬਾਈਲ ਜਰਨਲਿਜ਼ਮ ਆ ਗਿਆ, ਓਕੇ, ਸਿੰਗਲ ਮੈਨ ਆਰਮੀ, ਠੀਕ ਹੈ, ਅਤੇ ਉਹਦੇ ਵਿੱਚ ਇਹ ਹੈ ਕਿ ਤੁਸੀਂ ਇਹਨੂੰ ਲਗਾ ਦਿੱਤਾ ਔਰ ਤੁਸੀਂ ਜਿਹੜਾ ਇਹ ਲਗਾਇਆ ਹੈ ਮਾਈਕ੍ਰੋਫੋਨ, ਯੈਸ, ਇਹ ਮਾਈਕ੍ਰੋਫੋਨ ਵਾਇਰਲੈਸ ਹੈਗਾ, ਵਾਇਰਲੈਸ, ਔਰ ਇਹਦੇ ਇੱਕ ਪ੍ਰੋਡਕਟ ਉਹਦੇ ਨਾਲ ਲੱਗਾ ਹੋਇਆ ਮੋਬਾਈਲ ਨਾਲ, ਇਹਦੇ ਨਾਲ ਵੀ ਲੱਗ ਸਕਦਾ। ਸੋ ਤੁਸੀਂ ਕਾਰਡਲੈਸ ਆਪਣਾ ਮਾਈਕ ਲਗਾਇਆ, ਇਸ ਨੂੰ ਵਿੱਚ ਰੱਖਿਆ। ਇਹ ਕਿਸ ਚੀਜ਼ ਵਾਸਤੇ ਯੂਜ਼ ਹੁੰਦੀ ਇਹਦੇ ਬਾਰੇ ਸਾਨੂੰ ਦੱਸ ਕਰਾਂ? ਮਲਟੀਪਲ ਯੂਜ਼ਿਸ ਨੇ ਇਹ, ਦੇਖੋ ਮੈਂ ਕਿੰਨਾ ਕੈਮਰਾ ਦੇ ਯੂਜ਼ ਕਰਕੇ ਇੰਸਟਾ 360° ਕੈਮਰਾ, ਇਹਦੇ ਵਿੱਚ ਹੋਰ ਵੀ ਹੁਣ ਨਵੀਆਂ ਚੀਜ਼ਾਂ ਆ ਗਈਆਂ, ਠੀਕ ਹੈ, ਲੇਕਿਨ ਇਹਦੇ ਵਿੱਚ ਇਹ ਹੈ ਕਿ ਦੋਨੋਂ ਸਾਈਡ, ਦੇਖੋ ਇੱਕ ਇਸ ਸਾਈਡ ਲੱਗਾ, ਇੱਕ ਇਸ ਸਾਈਡ ਕੈਮਰਾ ਲੱਗਾ। ਅੱਛਾ, ਸੋ ਇਹ 360° ਸਾਰੇ ਪਾਸੇ ਕਵਰ ਕਰ ਰਿਹਾ ਬਾਤ ਹੈ, ਬਹੁਤ ਅਸੀਂ ਆਮਨੇ ਸਾਹਮਣੇ ਵੀ ਬੈਠੇ ਹੋਈਏ। ਅੱਛਾ, ਤੇ ਇਹਦੇ ਤੁਹਾਨੂੰ 4 ਕੈਮਰਿਆਂ ਦਾ ਸੈਟਅਪ ਨਹੀਂ ਚਾਹੀਦਾ, ਇਸੇ ਨੇ ਰਿਕਾਰਡ ਕਰਨਾ। ਨਵੀਆਂ ਨਵੀਆਂ ਚੀਜ਼ਾਂ ਆਈ ਜਾ ਰਹੀਆਂ, ਲੇਕਿਨ ਇਹਦੇ ਨਾਲ ਨਾਲ ਜਿਹੜੇ ਲੋਕ ਅਪਗ੍ਰੇਡ ਨਹੀਂ ਕਰ ਪਾਏ, ਕੰਮ ਨਹੀਂ ਕਰ ਪਾਏ, ਉਹਨਾਂ ਦਾ ਬਹੁਤ ਨੁਕਸਾਨ ਹੋਇਆ ਇਹਦੇ ਵਿੱਚ। ਬਿਲਕੁਲ, ਝਟਪਟ ਸਟੂਡੀਓ ਤੁਹਾਨੂੰ ਯਾਦ ਹੈ? ਯੈਸ ਯੈਸ, ਉਹ ਜਿਹੜੇ ਝਟਪਟ ਵਾਲੇ ਜਿਹਨੂੰ ਕਹਿੰਦੇ ਡੇ ਲਾਈਟ ਕੈਮਰਾ ਵਾਲੇ, ਉਹ ਵਿਚਾਰੇ ਆਪਣਾ ਕੰਮ ਜਿਹੜਾ ਹੈਗਾ ਸਾਰਾ ਉਹਨਾਂ ਦਾ ਖਤਮ ਹੋ ਗਿਆ ਹੋਇਆ, ਉਹ ਕਿਉਂਕਿ ਉਸ ਟਾਈਮ ਦੇ ਵਿੱਚ ਡੇ ਲਾਈਟ ਦੇ ਨਾਲ ਪਿਕਚਰ ਖਿੱਚੀ ਜਾਂਦੀ ਸੀ, ਇੱਕ ਬਾਕਸ ਹੁੰਦਾ ਸੀ ਉਹਦੇ ਵਿੱਚ ਬੰਦਾ ਜਾ ਕੇ ਉਹਨੂੰ ਫੋਟੋਗ੍ਰਾਫ ਖਿੱਚ ਕੇ, ਅਤੇ ਉਹ ਜਿਹੜੀ ਸ਼ੀਟ ਹੁੰਦੀ ਸੀ ਉੱਥੇ ਹੀ ਉਹਦਾ ਨੈਗੇਟਿਵ ਬਣ ਜਾਂਦਾ ਸੀ, ਅਤੇ ਉੱਥੋਂ ਹੀ ਉਹ ਰੈਡ ਤੋਂ ਦੇਖ ਕੇ ਇੱਕ ਮਿਰਰ ਤੋਂ ਗਲਾਸ ਤੋਂ ਦੇਖ ਕੇ ਫਿਰ ਉਹਨੂੰ ਪ੍ਰਿੰਟ ਆਊਟ ਕਰਕੇ, ਮੈਨੂੰ ਉਸ ਟਾਈਮ ਯਾਦ ਹੈ ਉਹ 1 ਰੁਪਏ ਦੀਆਂ 3 ਫੋਟੋਗ੍ਰਾਫਸ ਮਿਲਦੀਆਂ ਸੀ ਇੱਕ ਨੈਗੇਟਿਵ ਨਾਲ ਮਿਲਦਾ ਸੀ। ਸ਼ੁਰੂਆਤ ਸਾਡੀ ਹੈਗੀ ਕਿ ਇਹ ਮਿੰਟ ਕੈਮਰੇ ਹੁੰਦੇ ਆ ਜਿਹੜੇ ਡੇ ਲਾਈਟ, ਜਿਹੜੀ ਸਨਲਾਈਟ ਦੇ ਨਾਲ ਕਰਦੇ ਸੀ, ਉਹਨਾਂ ਨਾਲ ਅਸੀਂ ਫੋਟੋਗ੍ਰਾਫੀ ਕਰਦੇ ਸੀ। ਉਦੋਂ ਇਹ ਫੋਟੋਗ੍ਰਾਫੀ ਕਲਰ ਵਗੈਰਾ ਨਹੀਂ ਸੀ ਹੁੰਦੀ, ਅਤੇ ਸਾਡਾ ਸਾਰਾ ਹੀ ਕੋਈ ਕੈਮਰੇ ਯੂਜ ਹੁੰਦੇ ਸੀ, ਅਤੇ ਉਹਦੇ ਨਾਲ ਹੀ ਅਸੀਂ ਉਹਦੀ ਵਰਤੋਂ ਕਰਦੇ ਸੀ, ਔਰ ਸਾਡਾ ਕਾਰੋਬਾਰ ਕਾਫੀ ਉਹਦੇ ਉੱਪਰ ਚੱਲਦਾ ਸੀ। ਫਿਰ ਆਸਤੇ ਆਸਤੇ ਨਵੀਂ ਤਕਨੀਕ ਆਉਂਦੀ ਗਈ, ਮਿੰਟ ਕੈਮਰੇ ਤੋਂ ਖਤਮ ਹੋ ਗਿਆ, ਫਿਰ ਪੋਲੋ ਰੈਡ ਆ ਗਿਆ, ਫਿਰ ਉਹਦੇ ਵਿੱਚ ਮੋਬਾਈਲਾਂ 'ਚ ਫੋਟੋ ਆਉਣ ਲੱਗ ਪਈਆਂ, ਲੋਕ ਆਪ ਯੂਜ ਕਰਨ ਲੱਗ ਪਏ, ਕਲਰ ਫੋਟੋ ਸੈਟ ਜ਼ਿਆਦਾ ਚੱਲ ਪਈ ਆ। ਉਹ ਚੀਜ਼ ਕੈਮਰੇ ਦੀ ਹੁਣ ਜਿਹੜੀ ਪਿਛਲੀ ਤਕਨੀਕ ਆ ਉਹ ਬਣ ਚੁੱਕੀ ਆ, ਅਗਰ ਨਵੀਂ ਤਕਨੀਕ ਚੱਲਦੀ ਪਈ ਆ। ਜਿਹੜੇ ਪੁਰਾਣੇ ਤੁਸੀਂ ਕੰਮ ਕਰਦੇ ਸੀ ਜਿੱਦਾਂ ਹੱਥ ਨਾਲ ਕੈਮਰਾ ਖਿੱਚਦੇ ਸੀ, ਅਤੇ ਉਹਦੇ 'ਚ ਅਤੇ ਹੁਣ 'ਚ ਕੀ ਫਰਕ ਪੈ ਗਿਆ? ਉਹਨਾਂ ਜੀ ਜਿਹੜਾ ਪਹਿਲਾਂ ਕੰਮ ਕਰਦੇ ਸੀ ਉਹ ਤਾਂ ਬੜਾ ਵਧੀਆ ਕੰਮ ਚੱਲਦਾ ਸੀ, ਲੇਕਿਨ ਹੁਣ ਜੋ ਕੰਪਿਊਟਰ 'ਤੇ ਆ ਜੀ ਵਧੀਆ, ਲੇਕਿਨ ਇਹ 'ਚ ਹੁਣ ਕਮਾਈ ਕੋਈ ਰਿਹਾ ਨਹੀਂ ਜੀ, ਹੁਣ ਬਿਲਕੁਲ ਕੰਮ ਖਤਮ ਹੋ ਗਿਆ ਜੀ। ਸਾਡਾ ਜਿਹੜਾ ਕੰਮ ਹੈਗਾ ਸਾਰੇ ਪਾਸੇ ਵੰਡਿਆ ਗਿਆ। ਫਟੋ ਫਟ ਇੱਥੇ ਸੀ ਕਿ ਅਸੀਂ ਥੋੜ੍ਹੇ ਜਿਹੇ ਬੰਦੇ ਸੀ ਜਿਹੜੇ ਅਸੀਂ ਝਟਪਟ ਦਾ ਕੰਮ ਕਰਦੇ ਸੀ ਬਸ। ਕੀ ਕਾਰਨ ਹੁਣ? ਹੁਣ ਤਾਂ ਕੁਛ ਵੀ ਨਹੀਂ ਹੋ ਸਕਦਾ। ਫੋਟੋਗ੍ਰਾਫੀ ਤੁਹਾਡੀ ਖਤਮ ਹੋਣ ਦਾ ਕਾਰਨ ਕੀ ਹੈ? ਕਾਰਨ ਹੈ ਜੀ ਜੋ ਕੰਪਿਊਟਰ ਆ ਗਿਆ ਜੀ, ਫੈਲ ਗਿਆ ਕੰਮ, ਹਰ ਜਗ੍ਹਾ ਕੰਪਿਊਟਰ ਲੱਗ ਗਿਆ। ਪਹਿਲਾਂ ਫਟਾਫਟ ਸਾਡੀ ਇਹ ਲਾਈਨ 'ਚ ਹੁੰਦਾ ਸੀ, ਦਿੱਲੀ ਹੁੰਦਾ ਸੀ, ਇੱਥੇ ਟਾਊਨ ਹਾਲ ਹੁੰਦਾ ਸੀ। ਹੁਣ ਕੰਪਿਊਟਰ ਸਾਰੇ ਘਰ ਘਰ 'ਤੇ ਲੱਗੇ ਆ, ਹਰ ਇਨਸਾਨ ਹਰ ਬੱਚਾ ਸ਼ੌਂਕ ਹੈਗਾ, ਉਹ ਫੋਟੋਗ੍ਰਾਫੀ ਆਪ ਹੀ ਘਰ ਹੀ ਕਰ ਲੈਂਦੇ ਆ ਲੋਕ। ਇਸ ਕਰਕੇ ਫੋਟੋਗ੍ਰਾਫੀ ਤੁਹਾਨੂੰ ਪਤਾ ਥੱਲੇ ਖਤਮ ਨਹੀਂ ਹੋ ਗਈ, ਇੱਕ ਤਾਂ ਅਸੀਂ ਤਾਂ ਬੈਠੇ ਟਾਈਮ ਪਾਸ ਕਰਨ, ਨਾ ਇੱਥੇ ਹੁਣ ਫੋਟੋਗ੍ਰਾਫੀ ਦਾ ਕੰਮ ਰਹਿ ਗਿਆ, ਇੱਕ ਪੁੱਲ ਕਰਕੇ ਕੰਮ ਖਤਮ ਹੋ ਗਿਆ, ਸਾਡਾ ਕਾਰੋਬਾਰ ਖਤਮ ਨਹੀਂ ਹੋ ਗਿਆ। ਉਹਨਾਂ ਦਾ ਵਿਚਾਰਿਆਂ ਦਾ ਕਾਰੋਬਾਰ ਸਾਰਾ ਖਤਮ ਹੋ ਚੁੱਕਾ ਹੈ। ਸੋ ਉਹਦੇ ਲਈ ਨਾਨੂ ਜੀ ਮੈਂ ਰਿਕੁਐਸਟ ਕਰਾਂਗਾ ਜਿਹੜੇ ਸਾਡੇ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਦੇਖਣ, ਵਰਲਡ ਕ੍ਰਾਫਟ ਫੋਟੋਗ੍ਰਾਫੀ ਡੇ 'ਤੇ ਵੀ ਰਿਕੁਐਸਟ ਹੈਗੀ ਹੈ, ਭਾਵੇਂ ਤੁਹਾਡੇ ਸਾਰੇ ਕੋਲ ਮੋਬਾਈਲਸ ਆ ਗਏ ਨੇ, ਟੈਲੈਂਟ ਹੈਗਾ, ਬੜਾ ਕੁਛ ਹੈ, ਤੁਸੀਂ ਬਹੁਤ, ਤੁਹਾਡੀ ਅੱਖ ਬੜਾ ਕੁਛ ਦੇਖਦੀ ਹੈ, ਲੇਕਿਨ ਜੋ ਫੋਟੋਗ੍ਰਾਫਰ ਹੈ ਜਿਹਨੇ ਆਪਣੀ ਇੰਨੀ ਮਿਹਨਤ ਲਗਾ ਕੇ ਫੋਟੋਗ੍ਰਾਫੀ ਸਿੱਖੀ ਹੁੰਦੀ ਹੈ, ਔਰ ਜੋ ਫੋਟੋਗ੍ਰਾਫ ਉਹ ਆਪਣੀ ਅੱਖ ਨਾਲ ਆਪਣੇ ਟੈਕਨੀਕ ਨਾਲ ਖਿੱਚ ਕੇ ਆਪਣੇ ਕੈਮਰੇ ਨਾਲ ਕਰ ਸਕਦਾ ਹੈ, ਉਹਦੀ ਹੈਲਪ ਕਰੋ, ਉਹਨੂੰ ਕੰਮ ਦਿਓ ਤਾਂ ਕਿ ਉਹ ਹੋਰ ਬੈਸਟ ਤੋਂ ਬੈਸਟ ਕੰਮ ਤੁਹਾਨੂੰ ਦੇ ਪਾਏ। ਮੋਬਾਈਲ ਔਰ ਆਪਣੀ ਫੋਟੋਗ੍ਰਾਫੀ ਆਪਣੇ ਸ਼ੌਂਕ ਤਾਂ ਤੁਸੀਂ ਜ਼ਰੂਰ ਪੂਰੇ ਕਰੋ, ਲੇਕਿਨ ਪ੍ਰੋਫੈਸ਼ਨਲ ਫੋਟੋਗ੍ਰਾਫਰਸ ਉਹ ਪ੍ਰੋਫੈਸ਼ਨਲ ਕੈਮਰਿਆਂ ਨਾਲ ਹੀ ਖਿੱਚ ਪਾਉਣਗੇ, ਭਾਵੇਂ ਜਿੰਨੇ ਆਟੋ ਗਿੰਬਲਸ ਆ ਜਾਣ, ਇਹ ਆਟੋ ਹੀ ਰਹਿਣਗੇ, ਮੈਨੂਅਲ ਇਹ ਕੈਮਰਿਆਂ ਨੇ ਹੀ ਸਾ ਬੈਸਟ ਰਿਜ਼ਲਟ ਦੇਣੇ ਆ। ਅਤੇ ਤੁਹਾਨੂੰ ਸਾਰਿਆਂ ਨੂੰ ਫੋਟੋਗ੍ਰਾਫੀ ਡੇ ਦੀ ਬਹੁਤ ਬਹੁਤ ਵਧਾਈ। ਅਤੇ ਇਹ ਸੀ ਸਾਡੇ ਨਾਲ ਰੋਬਿਨ ਜੀ, ਜਿਨ੍ਹਾਂ ਨੂੰ ਅੱਜ ਅਸੀਂ ਮਿਲੇ ਹਾਂ, ਅਤੇ ਦੋਸਤੋ ਤੁਹਾਨੂੰ ਮੈਂ ਇੰਨੇ ਬੜੇ ਕੈਮਰੇ ਦਿਖਾਏ, ਹੋਪ ਹੈ ਵੀ ਤੁਹਾਨੂੰ ਸਾਰਿਆਂ ਨੂੰ ਸਾਡਾ ਬੜਾ ਅੱਛਾ ਲੱਗਾ ਹੋਏਗਾ। ਨੈਕਸਟ ਐਪੀਸੋਡ ਲਈ ਤੁਹਾਨੂੰ ਜ਼ਰੂਰ ਮਿਲਾਂਗੇ। ਸਾਰਿਆਂ ਨੂੰ ਥੈਂਕ ਯੂ, ਅਲਵਿਦਾ, ਸਲਾਮ, ਬਾਏ ਬਾਏ। ਵਰਲਡ ਫੋਟੋਗ੍ਰਾਫੀ ਡੇ ਜ਼ਿੰਦਾਬਾਦ।